ਵਿੱਚ ਐਸਾ ਆਨੰਦ ਹੈ, ਮਨ ਦੀਆਂ ਸਾਰੀਆਂ ਭੁੱਖਾਂ ਪੂਰੀਆਂ ਹੋ ਗਈਆਂ। ਆਖੋ ਸਤਨਾਮ ਵਾਹਿਗੁਰੂ। ਐਸੀ ਅਵਸਥਾ ਤਾਂ ਹੀ ਉੱਪੜ ਗਏ, ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਨਾਮ ਦੀ ਦਾਤ ਤੁਸੀਂ ਮਹਾਰਾਜ ਜਿਹੜੀ ਦਿੱਤੀ ਹੈ ਅਤੇ ਮਨ ਦੀਆਂ ਭੁੱਖਾਂ ਲੱਥ। ਮਹਾਰਾਜ ਕਹਿੰਦੇ ਫਿਰ ਵੀ ਤੁਹਾਡੀ ਕੋਈ ਇੱਛਾ ਤਾਂ ਦੱਸੋ। ਅਤੇ ਸੰਗਤ ਜੀ ਬਾਬਾ ਧੰਨਾ ਅਤੇ ਦੇਵੀਆ ਜੀ ਨੇ ਮਹਾਰਾਜ ਦੇ ਚਰਨ ਫੜ ਲਏ। ਸੱਚੇ ਪਾਤਸ਼ਾਹ ਜੇ ਤੁਸੀਂ ਖੁਸ਼ ਹੋਏ ਹੋ ਨਾ ਫਿਰ ਆ ਕਿਰਪਾ ਕਰ ਦਿਓ। ਸਾਰੀ ਸੰਗਤ ਰਲ ਕੇ ਅਰਦਾਸ ਕਰਿਓ। ਉਹ ਸੰਗਤ ਜੀ ਸੋਹਣੇ ਸੋਹਣੇ ਬਿਸਤਰਾ 'ਤੇ ਜਦੋਂ ਆਰਾਮ ਕਰਦੇ ਹੋ ਸਾਰੇ ਸੁੱਖਾਂ ਦਾ ਆਨੰਦ ਮਾਣਦੇ ਹੋ, ਕਦੇ ਯਾਦ ਤਾਂ ਕਰਿਆ ਕਰੋ ਸੌਣ ਲੱਗਿਆ ਮਾਰਨ ਨੂੰ ਅੰਮ੍ਰਿਤ ਵੇਲੇ ਉੱਠ ਕੇ, ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਜੇ ਤੂੰ ਨਾਮ ਨਾ ਜਪਦਾ, ਇੰਨੀ ਬੰਦਗੀ ਨਾ ਕਰਦਾ, ਅਕਾਲ ਪੁਰਖ ਦੀ ਆਰਾਧਨਾ ਨਾ ਕਰਦਾ, ਇੰਨੇ ਆਪਣੇ ਸਰੀਰ 'ਤੇ ਕਸ਼ਟ ਨਾ ਸਹਿੰਦਾ, ਸੱਚੇ ਪਾਤਸ਼ਾਹ ਸੀ ਆ ਇੰਨਾ ਸੁੱਖ ਕਿੱਥੋਂ ਮਾਣ ਲੈਂਦੇ। ਆਖੋ ਸਾਹਿਬ ਵਾਹਿਗੁਰੂ। ਜੇਲ੍ਹਾਂ ਤੱਕ ਕੱਟੀਆਂ ਮਹਾਰਾਜ ਨੇ, ਲੋਕਾਂ ਨੇ ਪੱਥਰ ਤੱਕ ਮਾਰੇ ਸਤਿਗੁਰਾਂ ਦੇ, ਗਾਲਾਂ ਤੱਕ ਕੱਢਦੇ ਸੀ ਲੋਕੀ। ਜੇ ਮਹਾਰਾਜ ਨੇ ਜੇਲ੍ਹ ਕੱਟੀ ਤਾਂ ਸਾਡੇ ਲੋਕਾਂ ਦੀ ਖਾਤਰ, ਲੋਕ ਸਾਡਾ ਸਮਾਜ ਕੋਈ ਨਹੀਂ ਸੀ ਨਾਲ ਤੁਰਿਆ ਮਹਾਰਾਜ ਦੇ,